ਕੁਝ ਕੁੜੀਆਂ ਬਹੁਤ ਗਲਤ ਕੰਮ ਕਰਦੀਆਂ ਨੇ ਵਿਆਹ ਤੋਂ ਬਾਅਦ ਵੀ, ਵਿਆਹ ਤੋਂ ਬਾਅਦ ਵੀ ਉਹਨਾਂ ਦੇ ਰਿਲੇਸ਼ਨ ਬਾਹਰ ਮੁੰਡਿਆਂ ਨਾਲ ਹੁੰਦੇ ਆ। ਜਦੋਂ ਇੱਕ ਮੁੰਡਾ ਆਪਦੀ ਘਰ ਨੂੰ ਕਿਸੇ ਹੋਰ ਮੁੰਡੇ ਨਾਲ ਫੜ ਲੈਂਦਾ, ਜਾਂ ਫੋਨ ਕਰਦੀ ਨੂੰ ਫੜ ਲੈਂਦਾ, ਵੀਡੀਓ ਕਾਲ ਕਰਦੀ ਨੂੰ ਫੜ ਲੈਂਦਾ, ਜਾਂ ਉਹ ਮੁੰਡੇ ਦੀਆਂ ਕੁੜੀ ਦੀਆਂ ਰਿਕਾਰਡਿੰਗਾਂ ਉਸ ਮੁੰਡੇ ਕੋਲ ਆ ਜਾਂਦੀਆਂ, ਦੱਸੋ ਫਿਰ ਮੁੰਡਾ ਕੀ ਕਰੇ, ਮੁੰਡਾ ਕਿਵੇਂ ਕੁੜੀ ਨੂੰ ਘਰ ਰੱਖ ਲੇ? ਦੱਸੋ ਫਿਰ। ਮੈਂ ਇਹ ਵੀ ਨਹੀਂ ਕਹਿੰਦਾ ਵੀ ਹਾਂ ਵੀ ਕੁੜੀ ਸਹੁਰੇ ਘਰ ਛੱਤਰ ਹੀ ਖਾਈ ਜਾਵੇ ਸਹੁਰਿਆਂ ਤੋਂ। ਜੇ ਮੰਨ ਲਓ ਜਵਾਈ ਬਹੁਤ ਜ਼ਿਆਦਾ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ, ਕੁੱਟਦਾ, ਮਾਰਦਾ, ਨਸ਼ੇ ਪੱਤੇ ਕਰਦਾ, ਘਰ ਦਾ ਉਜਾੜਾ ਕਰਦਾ, ਤਾਂ ਕੁੜੀ ਦਾ ਫਰਜ਼ ਬਣਦਾ ਵੀ ਹਾਂ ਆਪਦੀ ਮਾਂ ਨੂੰ ਵੀ ਸਾਰਾ ਕੁਝ ਦੱਸੇ। ਹਾਂਜੀ, ਕੀ ਹਾਲ ਚਾਲ ਨੇ ਭਰਾਵੋ? ਅੱਜ ਦੀ ਵੀਡੀਓ ਨੂੰ ਬਈ ਦੇਖਿਓ ਜ਼ਰੂਰ, ਸੁਣਿਓ ਜ਼ਰੂਰ, ਅਤੇ ਸ਼ੇਅਰ ਵੀ ਜ਼ਰੂਰ ਕਰਿਓ, ਕਿਉਂਕਿ ਇਹ ਗੱਲਾਂ ਹੁਣ ਦੇ ਟਾਈਮ ਦੇ ਵਿੱਚ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀਆਂ ਨੇ, ਬਹੁਤ ਵੱਡੇ ਪੱਧਰ 'ਤੇ ਲੋਕਾਂ ਦੇ ਤਲਾਕ ਹੋ ਰਹੇ ਨੇ। ਜੇ ਸਾਰੇ ਤਲਾਕਾਂ ਦੇ ਸਾਹਮਣੇ ਜ਼ਿਆਦਾ ਕਾਰਨ ਕੀ ਸਾਹਮਣੇ ਆ ਰਿਹਾ ਵੀ ਸੱਸ ਦੀ ਦਖਲ ਅੰਦਾਜ਼ੀ ਜਵਾਈ ਦਾ ਘਰ ਪੱਟ ਦਿੰਦੀ ਹੈ, ਅੱਜ ਆਪਾਂ ਇਸ ਮੁੱਦੇ ਦੀ ਗੱਲ ਕਰਾਂਗੇ। ਬਈ ਦੇਖੋ ਜੀ, ਜੇ ਤਾਂ ਧੀ ਦਾ ਘਰ ਕਦੇ ਸੈਣਕ ਦੇ ਵਸਾਉਣਾ ਹੋਵੇ ਤਾਂ ਮਾਂ ਨੂੰ ਕਦੇ ਵੀ ਪੁੱਠੀਆਂ ਮੱਤਾਂ ਨਹੀਂ ਦੇਣੀਆਂ ਚਾਹੀਦੀਆਂ। ਜਿਹੜੀ ਮਾਂ ਆਪਦੀ ਧੀ ਨੂੰ ਪੁੱਠੀਆਂ ਮੱਤਾਂ ਦਿੰਦੀ ਆ, ਉਹ ਧੀ ਕਦੇ ਵੀ ਸਹੁਰੇ ਘਰ ਨਹੀਂ ਵੱਸਦੀ ਬਈ, ਇਸ ਗੱਲ ਦੀ ਗਰੰਟੀ ਆ। ਮੈਂ ਇਹ ਵੀ ਨਹੀਂ ਕਹਿੰਦਾ ਵੀ ਹਾਂ ਵੀ ਕੁੜੀ ਸਹੁਰੇ ਘਰ ਛੱਤਰ ਹੀ ਖਾਈ ਜਾਵੇ ਸਹੁਰਿਆਂ ਤੋਂ। ਜੇ ਮੰਨ ਲਓ ਜਵਾਈ ਬਹੁਤ ਜ਼ਿਆਦਾ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ, ਕੁੱਟਦਾ, ਮਾਰਦਾ, ਨਸ਼ੇ ਪੱਤੇ ਕਰਦਾ, ਘਰ ਦਾ ਉਜਾੜਾ ਕਰਦਾ, ਤਾਂ ਕੁੜੀ ਦਾ ਫਰਜ਼ ਬਣਦਾ ਵੀ ਹਾਂ ਆਪਦੀ ਮਾਂ ਨੂੰ ਵੀ ਸਾਰਾ ਕੁਝ ਦੱਸੇ, ਆਪਦੇ ਰਿਸ਼ਤੇਦਾਰਾਂ ਨੂੰ ਵੀ ਦੱਸੇ, ਆਪਦੇ ਭਰਾਵਾਂ ਨੂੰ ਵੀ ਦੱਸੇ, ਵੀ ਜੋ ਕੁਛ ਵੀ ਹੁੰਦਾ ਉਹ ਸਾਰਾ ਕੁਝ ਦੱਸਣ ਦਾ ਕੁੜੀ ਦਾ ਫਰਜ਼ ਬਣਦਾ। ਕਿਉਂਕਿ ਜੇ ਕੁੜੀ ਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਜਾਂਦਾ, ਬਹੁਤ ਜ਼ਿਆਦਾ ਗੰਦਾ ਬੋਲਿਆ ਜਾਂਦਾ, ਗੱਲ ਗੱਲ 'ਤੇ ਟੋਰਚਰ ਕੀਤਾ ਜਾਂਦਾ, ਤਾਂ ਕੁੜੀ ਦਾ ਫਰਜ਼ ਬਣਦਾ। ਪਰ ਕੁਝ ਕੁ ਕੁੜੀਆਂ ਕੀ ਕਰਦੀਆਂ ਨੇ, ਜਿਹੜੀਆਂ ਆਪਣੇ ਘਰਾਂ ਦੇ ਵਿੱਚ ਆਮ ਛੋਟੀਆਂ ਮੋਟੀਆਂ ਗੱਲਾਂ ਰੂਟੀਨ ਦੇ ਵਿੱਚ ਹੁੰਦੀਆਂ ਨੇ, ਛੋਟੀਆਂ ਮੋਟੀਆਂ ਮੰਨ ਲਓ ਖੱਟੀਆਂ ਮਿੱਠੀਆਂ ਗੱਲਾਂ 100 ਘਰਾਂ ਦੇ ਵਿੱਚ ਆਪਣੇ ਰੂਟੀਨ ਦੇ ਵਿੱਚ ਹੀ ਹੁੰਦੀਆਂ ਰਹਿੰਦੀਆਂ ਨੇ, ਉਹ ਸਾਰੇ ਘਰ ਦੀ ਨਿੱਕੀ ਨਿੱਕੀ ਗੱਲ ਜਦੋਂ ਆਪਦੇ ਪੇਕੇ ਘਰ ਦੱਸਦੀਆਂ ਨੇ, ਆਪਦੀ ਮਾਂ ਨੂੰ ਦੱਸਦੀਆਂ ਨੇ, ਅਤੇ ਜਦੋਂ ਮਾਂ ਅੱਗੋਂ ਪੁੱਠੀ ਮੱਤ ਦਿੰਦੀ ਆ, ਤਾਂ ਫਿਰ ਉਸ ਚੀਜ਼ ਦਾ ਖਿਲਾਰਾ ਪੈ ਜਾਂਦਾ। ਦੇਖੋ ਜੀ, ਜਦੋਂ ਮੰਨ ਲਓ 100 ਘਰਾਂ ਦੇ ਵਿੱਚ ਮੰਨ ਲਓ ਕਦੇ ਬੰਦੇ ਨੇ ਕਹਿਤਾ ਵੀ ਤੂੰ ਦਾਲ 'ਚ ਲੂਣ ਵੱਧ ਘੱਟ ਪਾਤਾ, ਵੀ ਤੈਨੂੰ ਅਕਲ ਨਹੀਂ ਹੈਗੀ ਦਾਲ ਬਣਾਉਣ ਦੀ, ਜੇ ਉਹ ਹਨਾ, ਤਾਂ ਇਸ ਗੱਲ ਨੂੰ ਜਦੋਂ ਕੁੜੀ ਆਪਦੀ ਮਾਂ ਨੂੰ ਦੱਸਦੀ ਆ, ਜਿਹੜੀ ਸਿਆਣੀ ਮਾਂ ਹੁੰਦੀ, ਉਹ ਤਾਂ ਕਹਿੰਦੀ ਵੀ ਦੇਖਦੀ ਇਹ ਕੋਈ ਗੱਲ ਨਹੀਂ, ਹੁਣ ਤੂੰ ਵਿਆਹੀ ਗਈ ਆ, ਤੇਰਾ ਸਹੁਰਾ ਘਰ ਹੀ ਤੇਰਾ ਸਭ ਕੁਛ ਆ, ਇੱਥੇ ਤੂੰ ਜਿਉਣਾ, ਇੱਥੇ ਤੂੰ ਮਰਨਾ, ਵੀ ਕੋਈ ਗੱਲ ਨਹੀਂ, ਤੂੰ ਆਪਦੇ ਘਰ ਦੀ ਗੱਲ ਆਪ ਤੱਕ ਰੱਖਿਆ ਕਰ, ਸਾਡੇ ਗੱਲ ਤੱਕ ਨਾ ਦੱਸਿਆ ਕਰ। ਅਤੇ ਜੇ ਜਾਂ ਮਾਂ ਐਂ ਕਹਿ ਦੂ ਵੀ ਦੇਖਦੀ ਹੈ ਤੇਰਾ ਘਰ ਵਾਲਾ, ਜੇ ਤੈਨੂੰ ਮਾੜਾ ਚੰਗਾ ਉਹਨੇ ਬੋਲ ਵੀ ਲਿਆ, ਕਿੱਡੀ ਗੱਲ ਹੈ ਨਾ, ਵੀ ਤੇਰਾ ਪਿਓ ਵੀ ਮੈਨੂੰ ਬਥੇਰਾ ਕੁਛ ਬੋਲ ਹੀ ਲੈਂਦਾ ਸੀ, ਵੀ ਕੋਈ ਗੱਲ ਨਹੀਂ, ਵੀ ਚੱਲਦੀ ਜ਼ਿੰਦਗੀ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ, ਗੁੱਸਾ ਨਹੀਂ ਕਰੀਦਾ ਹੁੰਦਾ ਵੀ ਤੇਰਾ ਘਰ ਵਾਲਾ। ਚਲੋ ਜੀ, ਫਿਰ ਤਾਂ ਕੁੜੀ ਠੰਡੀ ਹੋ ਕੇ ਬਹਿ ਜੂਗੀ ਜਦੋਂ ਮਾਂ ਨੇ ਚੰਗੀ ਮੱਤ ਦੇ ਦਿੱਤੀ। ਅਤੇ ਜੇ ਅੱਗੋਂ ਮਾਂ ਹੀ ਉਹੋ ਜਿਹੀ ਹੋਊਗੀ ਝੋਲਾ ਚੁੱਕ, ਉਹ ਕਹੂਗੀ ਨਾਨਾ ਧੀਏ ਤੈਨੂੰ ਇਹ ਗੱਲ ਇਹਨੇ ਕਹੀ ਕਿਵੇਂ, ਤੂੰ ਇਹਨੂੰ ਅੱਗੋਂ ਐਂ ਕਿਹਾ ਕਰ ਵੀ ਆਪਦੀ ਮਾਂ ਨੂੰ ਕਿਹਾ ਦਾਲ ਬਣਾ ਲਿਆ ਕਰੇ, ਆਪਦੀ ਮਾਂ ਨੂੰ ਕਿਹਾ ਭਾਂਡੇ ਮਾਂਜ ਲਿਆ ਕਰੇ, ਤੂੰ ਚੁੱਪ ਕਰੇ ਚਾਦਰ ਲੈ ਕੇ ਪੈ ਜਾ ਕਰੇ ਅਸੀਂ ਛੱਡ ਕੇ, ਜੇ ਬਾਹਲਾ ਬੋਲਦੇ ਆ। ਜਾਂ ਐਂ ਕਹੂਗੀ ਮਾਂ ਵੀ ਬਸ ਮੈਂ ਆ ਗਈ, ਤੂੰ ਐਂ ਕਰ, ਤੂੰ ਕੱਪੜੇ ਪੈਕ ਕਰ, ਵੀ ਇਹਦੀ ਕਿਵੇਂ ਹਿੰਮਤ ਹੋਈ ਤੈਨੂੰ ਮਾੜਾ ਚੰਗਾ ਬੋਲੀ, ਜਾ ਕੇ ਭੱਜੇ ਨੇ ਆਪਦੀ ਧੀ ਨੂੰ ਚੱਕ ਕੇ ਪੇਕੇ ਲੈ ਆਉਣੀਆਂ ਨੇ। ਫਿਰ ਉਹ ਜਵਾਈ ਵਿਚਾਰਾ ਪਿੱਛੇ ਪਿੱਛੇ ਆ ਕੇ ਮਿੰਨਤਾਂ ਕਰਦਾ ਰਹਿੰਦਾ, ਫਿਰ ਮਿੰਨਤਾਂ ਕਰਕੇ ਲੈ ਜਾਂਦਾ, ਫਿਰ ਉਹਨੂੰ 100 ਸ਼ਰਤਾਂ ਫਿਰ ਸ਼ਰਤਾਂ ਰੱਖਦੇ ਆ, ਫਿਰ ਉਹਨੂੰ ਕੁੜੀ ਨੂੰ ਤੋਰਦੇ ਆ। ਜ਼ਿਆਦਾਤਰ ਕੀ ਹੁੰਦਾ, ਬਾਹਲੇ ਘਰ ਇਸ ਕੰਮ 'ਚ ਉਜੜੀ ਜਾਂਦੇ ਆ, ਜਦੋਂ ਕੋਈ ਕੁੜੀ ਆਪਦੇ ਘਰ ਦੀ ਨਿੱਕੀ ਨਿੱਕੀ ਗੱਲ ਸਾਰਾ ਕੁਝ ਉਹਦੀ ਮਾਂ ਨੂੰ ਦੱਸਦੀ, ਉਹਦੀ ਮਾਂ ਜਦੋਂ ਦਿੰਦੀ ਆ ਪੁੱਠੀਆਂ ਮੱਤਾਂ, ਫਿਰ ਉਹ ਜਵਾਈ ਦਾ ਘਰ ਉਜੜ ਜਾਂਦਾ, ਨਾਲੇ ਤਾਂ ਵੀ ਧੀ ਦਾ ਘਰ ਜਾੜ ਦਿੰਦੇ ਆ, ਨਾਲੇ ਬਗਾਨੇ ਪੁੱਤ ਦਾ ਘਰ ਜਾੜ ਦਿੰਦੇ। ਉਸ ਤੋਂ ਬਾਅਦ ਦੇਖੋ ਜੀ ਕੀ ਹੁੰਦਾ, ਜਦੋਂ ਮੰਨ ਲਓ ਰੌਲਾ ਚੱਲ ਪਿਆ, ਕੁੜੀ ਮੁੰਡੇ ਦਾ ਰੌਲਾ ਚੱਲ ਪਿਆ, ਉਸ ਤੋਂ ਬਾਅਦ ਕੀ ਕਰਨਗੇ, ਵਿਆਹੀ ਨੂੰ 10 ਸਾਲ ਹੋ ਗਏ ਹੁਣ, ਚੱਕ ਕੇ ਜਵਾਈ ਦੇ ਦਾਜ ਦਾ ਪਰਚਾ ਪਾ ਰਹੀ, ਹਾਂਜੀ ਤਾਂ ਦਾਜ ਮੰਗਦੇ ਆ, ਲਾਸਟ ਹਥਿਆਰ ਇਹੀ ਹੁੰਦਾ, ਹਾਂਜੀ ਤਾਂ ਦਾਜ ਮੰਗਦੇ, ਸਾਡੀ ਕੁੜੀ ਨੂੰ ਕੁੱਟਦੇ ਮਾਰਦੇ ਆ। ਬੰਦਾ ਪੁੱਛਣ ਵਾਲਾ ਹੋਵੇ, ਜਦੋਂ ਤੁਹਾਡੀ ਧੀ 5-6 ਸਾਲ ਉਸ ਘਰ 'ਚ ਵਿਆਹੀ ਰਹੀ ਆ, ਉਦੋਂ ਨਹੀਂ ਉਹਨੇ ਦਾਜ ਮੰਗਿਆ? ਜੇ ਦਾਜ ਮੰਗਣਾ ਹੋਵੇ ਤਾਂ ਬੰਦਾ ਵਿਆਹ ਤੋਂ ਦੂਜੇ ਦਿਨ ਦਾਜ ਮੰਗਣਾ ਸਟਾਰਟ ਕਰਦਾ, 5 ਸਾਲਾਂ ਬਾਅਦ ਬੰਦੇ ਨੇ ਦਾਜ ਮੰਗਣਾ ਹੁੰਦਾ। ਚਲੋ ਜੀ, ਇੱਥੇ ਮੁੰਡੇ ਨੂੰ ਰੱਜ ਕੇ ਜਲੀਲ ਕੀਤਾ ਜਾਂਦਾ ਵੀ ਹਾਂ ਇਹ ਦਾਜ ਮੰਗਦਾ, ਪਰਚਾ ਪਵਾ ਦਿਓ, ਜੇ ਪਵਾ ਦਿਓ, ਵੋ ਪਵਾ ਦਿਓ, ਫਿਰ ਕੁੜੀ ਵਾਲੇ ਕਹਿੰਦੇ ਸਾਡੇ ਵਿਆਹ ਦਾ ਖਰਚਾ ਮੋੜੋ।
ਚਲੋ ਜੀ, ਮੁੰਡੇ ਵਾਲਿਆਂ ਨੇ ਬਥੇਰਿਆਂ ਨੇ ਕੁੜੀਆਂ ਦੇ ਵਿਆਹ ਦੇ ਖਰਚੇ ਮੋੜੇ ਵੀ ਆ, ਵਿਚਾਰਿਆਂ ਨੇ ਬਥੇਰਿਆਂ ਨੇ ਮੋੜੇ ਆ, ਉਹ ਵੀ ਨਜਾਇਜ਼ ਮੋੜੇ ਆ, ਜਿਹਦੇ 'ਚ ਮੁੰਡੇ ਦਾ 1% ਵੀ ਗਲਤੀ ਨਹੀਂ ਹੁੰਦੀ। ਲੋਕੀ ਕਹਿੰਦੇ ਵੀ ਤਾੜੀ ਦੋ ਹੱਥਾਂ ਨਾਲ ਵੱਜਦੀ ਆ, ਭਰਾਵੋ ਇੱਕ ਹੱਥ ਨਾਲ ਵੀ ਤਾੜੀ ਵੱਜ ਜਾਂਦੀ। ਜਦੋਂ ਜਨਾਨੀ ਘਰੇ ਨਿੱਤ ਕਲੇਸ਼ ਰੱਖੂਗੀ, ਨਿੱਤ ਮੰਨ ਲਓ ਲੜਾਈਆਂ ਪੜ੍ਹਾਈਆਂ ਰੱਖੂਗੀ, ਬਈ ਬੰਦਾ ਕੀ ਕਰੂਗਾ ਦੱਸੋ ਪਹਿਲਾਂ ਮੈਨੂੰ, ਫਿਰ ਬੰਦਾ ਕੀ ਕਰੂਗਾ ਦੱਸੋ। ਫਿਰ ਬੰਦੇ ਨੇ ਮਰਦ ਨੇ ਤਾਂ ਅੱਕ ਚੱਬਣਾ ਹੀ ਆ ਬਈ, ਫਿਰ ਮਰਦ ਨੇ ਤਾਂ ਤਲਾਕ ਲੈਣਾ ਹੀ ਆ। ਪਰ ਕੁੜੀ ਵਾਲੇ ਤਾਂ ਕਹਿੰਦੇ ਵੀ ਸਾਡਾ ਖਰਚਾ ਮੋੜ ਦਿਓ। ਹਾਂਜੀ, ਦਵਾਈ ਦਾਜ ਮੰਗਦਾ, ਪੰਚਾਇਤਾਂ ਦੇ ਵਿੱਚ ਮੁੰਡੇ ਨੂੰ ਜਲੀਲ ਕੀਤਾ ਜਾਂਦਾ, ਮੁੰਡੇ ਦੇ ਮਾਂ ਪਿਓ ਨੂੰ ਜਲੀਲ ਕੀਤਾ ਜਾਂਦਾ, ਬੜਾ ਕੁਛ ਕੀਤਾ ਜਾਂਦਾ। ਪਰ ਜਿਹੜਾ ਉਹ ਮੁੰਡੇ ਵਾਲਿਆਂ ਨੇ ਖਰਚਾ ਕੀਤਾ ਹੁੰਦਾ, ਉਸ ਖਰਚੇ ਦਾ ਕੋਈ ਵੀ ਨਾਂ ਨਹੀਂ ਲੈਂਦਾ। ਉਹ ਖਰਚਾ ਅੱਜ ਤੱਕ ਮੈਨੂੰ ਨਹੀਂ ਉਮੀਦ ਕਿਸੇ ਨੇ ਮੋੜਿਆ ਹੋਵੇ ਵੀ ਮੁੰਡੇ ਵਾਲਿਆਂ ਦਾ ਵੀ ਆਹ ਖਰਚਾ ਹੈ, ਤੁਸੀਂ ਆਪਦਾ ਖਰਚਾ ਕੱਟ ਲਓ ਨਾ। ਹਰੇ ਮੰਨ ਲਓ ਦੋਵੇਂ ਪਾਸੇ ਚੱਕੀ ਦੇ ਵਿੱਚ ਵਿਚਾਰਾ ਮੁੰਡਾ ਪੀਸਿਆ ਜਾਂਦਾ। ਮੈਂ ਬਹੁਤ ਵਾਰ ਦੇਖਿਆ ਵੀ ਬੇਸ਼ੱਕ ਦੀ ਕੁੜੀ ਗਲਤ ਹੋਵੇ, ਪਰ ਬੰਦਿਆਂ ਪੰਚਾਇਤ ਦੇ ਵਿੱਚ ਵੀ ਉਹ ਮੁੰਡੇ ਨੂੰ ਗਲਤ ਸਾਬਤ ਕੀਤਾ ਜਾਂਦਾ, ਕਿਉਂਕਿ ਉਹਦੀ ਗਲਤੀ ਕੀ ਆ, ਉਹ ਮੁੰਡਾ। ਭਰਾਵੋ, ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਧੀ ਭੈਣ ਨੂੰ ਮੈਂ ਮਾੜਾ ਨਹੀਂ ਕਹਿੰਦਾ, ਪਰ ਜਿਹੜੇ ਵਿੱਚ ਉੱਥੇ ਫੈਸਲਾ ਕਰਨ ਵਾਲੇ ਸੱਜਣ ਬੈਠੇ ਹੁੰਦੇ ਨਾ, ਮਾੜਾ ਮੋਟਾ ਵੀ ਦੇਖ ਕੇ ਫੈਸਲਾ ਕਰਿਆ ਕਰੋ। ਹਰੇਕ ਥਾਂ 'ਤੇ ਮੁੰਡਾ ਗਲਤ ਨਹੀਂ ਹੁੰਦਾ ਭਰਾਵੋ, ਹਰੇਕ ਥਾਂ 'ਤੇ ਮੁੰਡਾ ਗਲਤ ਨਹੀਂ ਹੁੰਦਾ। ਬਾਹਲੇ ਤਲਾਕ ਮੈਂ ਦੇਖਿਆ ਮੁੰਡਾ ਹਾਂਜੀ ਨਸ਼ੇ ਪੱਤੇ ਕਰਦਾ, ਠੀਕ ਹੈ, ਤਲਾਕ ਹੋਣਾ ਬਣਦਾ ਵੀ ਨਸ਼ੇ ਪੱਤੇ ਕਰਦਾ, ਘਰ ਜਾੜੀ ਦਾ ਕੱਲ੍ਹ ਨੂੰ ਕੁੜੀ ਨੇ ਕੀ ਖਾਣਾ, ਜਾਂ ਕੁੜੀ ਨੂੰ ਕੁੱਟਦਾ ਮਾਰਦਾ, ਠੀਕ ਆ। ਕਈ ਥਾਵਾਂ 'ਤੇ ਯਾਰ ਸ਼ਰੇਆਮ ਕੁੜੀਆਂ ਗਲਤ ਹੁੰਦੀਆਂ ਨੇ, ਸ਼ਰੇਆਮ ਹੀ ਕੁੜੀਆਂ ਗਲਤ ਹੁੰਦੀਆਂ ਨੇ। ਮੰਨ ਲਓ ਕੁੜੀ ਦੀ ਕਿਸੇ ਮੁੰਡੇ ਨਾਲ ਗੱਲਬਾਤ ਨਿਕਲ ਆਈ, ਘਰ ਵਾਲੇ ਨੇ ਫੜ ਲਈ, ਫਿਰ ਦੱਸੋ ਤਾੜੀ ਕਿਵੇਂ ਵੱਜੀ, ਤਾੜੀ ਕਥਨ ਲਈ ਵੱਜੀ ਫਿਰ ਤਾਂ ਬਾਈ। ਜਾਂ ਮੁੰਡੇ ਨੇ ਆਪਦੀ ਘਰ ਵਾਲੀ ਕਿਸੇ ਹੋਟਲ ਦੇ ਵਿੱਚ ਫੜ ਲਈ, ਜਾਂ ਮੰਨ ਲਓ ਕੋਈ ਮੁੰਡੇ ਕੁੜੀ ਦੀਆਂ ਰਿਕਾਰਡਿੰਗਾਂ ਆ ਗਈਆਂ ਕਿਸੇ ਮੁੰਡੇ ਨਾਲ ਗੱਲਬਾਤ ਕਰਦੀ, ਫਿਰ ਦੱਸੋ ਫਿਰ ਮੁੰਡਾ ਕੀ ਕਰੇ, ਦੱਸੋ ਯਾਰ। ਫਿਰ ਵੀ ਮੁੰਡਾ ਕੁੜੀ ਨੂੰ ਘਰੇ ਰੱਖੀ ਰੱਖੇ ਕਮਾਲ ਦੀ ਗੱਲ ਆ ਯਾਰ। ਮੈਂ ਇਹ ਨਹੀਂ ਕਹਿੰਦਾ ਵੀ ਕੋਈ ਹਰੇਕ ਥਾਂ 'ਤੇ ਮੁੰਡਾ ਸਹੀ ਹੁੰਦਾ, ਪਰ ਬਹੁਤੀ ਥਾਂ 'ਤੇ ਮੁੰਡਾ ਸਹੀ ਹੁੰਦਾ, ਕੁੜੀ ਗਲਤ ਹੁੰਦੀ ਆ, ਪਰ ਖਮਿਆਜ਼ਾ ਮੁੰਡੇ ਇਕੱਲੇ ਨੂੰ ਭੁਗਤਣਾ ਪੈਂਦਾ ਬਈ ਉਸ ਚੀਜ਼ ਦਾ। ਦਾਜ ਦਾ ਪਰਚਾ ਪਾ ਦਿਓ, ਇਹ ਕੁੜੀ ਨੂੰ ਕੁੱਟਮਾਰ ਕਰਦਾ, ਜੇ ਕਰ ਦਿਓ ਵੋ ਕਰ ਦਿਓ, ਕਮਾਲ ਦੀ ਗੱਲ ਹੈ ਯਾਰ। ਇਸ ਕਰਕੇ ਲੋਕੀ ਕਹਿੰਦੇ ਤਾੜੀ ਦੋ ਹੱਥਾਂ ਨਾਲ ਵੱਜਦੀ ਹੈ, ਭਰਾਵੋ ਇੱਥੇ ਇੱਕ ਹੱਥ ਨਾਲ ਵੀ ਤਾੜੀ ਵੱਜਦੀ। ਇੱਕ ਹੱਥ ਨਾਲ ਤਾੜੀ ਕਿਵੇਂ ਵੱਜਦੀ ਤੁਹਾਨੂੰ ਮੈਂ ਦੱਸ ਦਿੰਦਾ। ਕੁਝ ਕੁੜੀਆਂ ਬਹੁਤ ਗਲਤ ਕੰਮ ਕਰਦੀਆਂ ਨੇ ਵਿਆਹ ਤੋਂ ਬਾਅਦ ਵੀ, ਵਿਆਹ ਤੋਂ ਬਾਅਦ ਵੀ ਉਹਨਾਂ ਦੇ ਰਿਲੇਸ਼ਨ ਬਾਹਰ ਮੁੰਡਿਆਂ ਨਾਲ ਹੁੰਦੇ ਆ। ਜਦੋਂ ਇੱਕ ਮੁੰਡਾ ਆਪਦੀ ਘਰਵਾਲੀ ਨੂੰ ਕਿਸੇ ਹੋਰ ਮੁੰਡੇ ਨਾਲ ਫੜ ਲੈਂਦਾ, ਜਾਂ ਫੋਨ ਕਰਦੀ ਨੂੰ ਫੜ ਲੈਂਦਾ, ਵੀਡੀਓ ਕਾਲ ਕਰਦੀ ਨੂੰ ਫੜ ਲੈਂਦਾ, ਜਾਂ ਉਹ ਮੁੰਡੇ ਦੀਆਂ ਕੁੜੀ ਦੀਆਂ ਰਿਕਾਰਡਿੰਗਾਂ ਉਸ ਮੁੰਡੇ ਕੋਲ ਆ ਜਾਂਦੀਆਂ, ਦੱਸੋ ਫਿਰ ਮੁੰਡਾ ਕੀ ਕਰੇ, ਮੁੰਡਾ ਕਿਵੇਂ ਕੁੜੀ ਨੂੰ ਘਰ ਰੱਖ ਲਏ, ਦੱਸੋ ਫਿਰ। ਫਿਰ ਦੱਸੋ ਤਾੜੀ ਇੱਕ ਹੱਥ ਨਾਲ ਵੱਜੀ ਕਿ ਨਾ ਵੱਜੀ। ਹੁਣ ਮੁੰਡਾ ਵਿਚਾਰਾ ਸਹੀ ਆ, ਖੇਤੀਬਾੜੀ ਕਰੀ ਜਾਂਦਾ, ਮਿਹਨਤ ਮਜ਼ਦੂਰੀ ਕਰੀ ਜਾਂਦਾ ਆਪਦੀ, ਦੂਜੀ ਪਾਸੇ ਘਰ ਵਾਲੀ ਕਿਸੇ ਹੋਰ ਬੰਦੇ ਨਾਲ ਰਿਲੇਸ਼ਨ ਬਣਾਈ ਬੈਠੀ ਆ, ਕਿਸੇ ਹੋਰ ਮੁੰਡੇ ਨਾਲ ਗੱਲਾਂ ਬਾਤਾਂ ਕਰੀ ਜਾਂਦੀ ਆ, ਤਾਂ ਫਿਰ ਮੁੰਡਾ ਦੱਸੋ ਵਿਚਾਰਾ ਕੀ ਕਰੂਗਾ ਬਈ, ਫਿਰ ਉਹ ਮੁੰਡਾ ਤਲਾਕ ਲਊਗਾ ਜਾਂ ਨਾ ਲਊਗਾ, ਦੱਸੋ ਪਹਿਲਾਂ ਮੈਨੂੰ। ਅਤੇ ਫਿਰ ਵੀ ਬੰਦਾ ਘਰੇ ਰੱਖੀ ਰੱਖੇ, ਉਹ ਕੋਈ ਨਹੀਂ ਘਰ ਰੱਖਦਾ ਮਿੱਤਰੋ, ਕਹਿਣਾ ਬੜਾ ਸੌਖਾ ਵੀ ਚਲੋ ਫਿਰ ਕੀ ਹੁੰਦਾ, ਪਰ ਪਤਾ ਉਦੋਂ ਲੱਗਦਾ ਜਦੋਂ ਕੋਈ ਬੰਦਾ ਆਪਦੇ ਘਰ ਰੱਖ ਕੇ ਵਿਖਾਵੇ ਕਿਸੇ ਨੂੰ, ਅੱਖੀਂ ਵੇਖ ਕੇ ਬਈ ਯਾਰ ਨਹੀਂ ਖਾਧਾ ਜਾਂਦਾ। ਅੱਜ ਕੱਲ੍ਹ ਦੇ ਟਾਈਮ ਵਿੱਚ ਜਿਹੜੇ ਮੋਬਾਈਲ ਜੇ ਆ ਗਏ ਨਾ, ਇਹਨਾਂ ਦਾ ਲੋਕਾਂ ਦੇ ਘਰ ਜਮਾਂ ਪੱਟਤੇ ਬਈ, ਜਮਾਂ ਹੀ ਪੱਟਤੇ, ਜਮਾਂ ਹੀ ਪੱਟਤੇ ਲੋਕਾਂ ਦੇ ਘਰ। ਬਹੁਤ ਕੁੜੀਆਂ ਇਹੋ ਜਿਹੀਆਂ ਨੇ ਜਿਹੜੀਆਂ ਵਿਆਹ ਤੋਂ ਬਾਅਦ ਵੀ ਬਾਹਰ ਮੂੰਹ ਮਾਰਦੀਆਂ ਨੇ ਬਈ, ਬਾਹਰ ਮੂੰਹ ਮਾਰਦੀਆਂ ਨੇ, ਫਿਰ ਉਹ ਘਰ ਵੱਸਦੇ ਨਹੀਂ, ਉਹ ਘਰ ਪੱਟੇ ਜਾਂਦੇ ਆ। ਬਹੁਤ ਸੱਸਾਂ ਕਹੀਆਂ ਨਾ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਸ਼ਰਿਆਂ ਪਤਾ ਹੁੰਦਾ ਵੀ ਮੇਰੀ ਧੀ ਗਲਤ ਆ, ਫਿਰ ਵੀ ਆਪਦੀ ਧੀ ਦਾ ਸਾਥ ਦੇਣਗੀਆਂ, ਆਪਦੀ ਧੀ ਦੀ ਗੱਲ 'ਤੇ ਪੜਦੇ ਪਾਉਣਗੀਆਂ। ਜੇ ਉਹ ਮਾਂ ਚੰਗੀ ਹੋਵੇ, ਦੋ ਮਾਰੇ ਆਪਦੀ ਧੀ ਦੇ ਬੂਥੇ ਦੇ ਚਪੇਣਾ ਵੀ ਕੁੜੀਏ ਤੂੰ ਵਿਆਹ ਕਰਾਉਣ ਤੋਂ ਬਾਅਦ ਵੀ ਆਹ ਕੁਛ ਕਰਦੀ ਫਿਰਦੀ, ਸ਼ਰਮ ਕਰ ਮਾੜਾ ਮੋਟਾ, ਤਾਂ ਆਪੇ ਧੀ ਸਿੱਧੀ ਲੈਣ 'ਤੇ ਆ ਜੇ। ਜਦੋਂ ਪਿੱਛੇ ਮਾਂ ਪੁੱਠੀਆਂ ਮਤਾਂ ਦਿੰਦੀ ਆ, ਫਿਰ ਦੱਸੋ ਧੀ ਕਿਵੇਂ ਸਿੱਧੀ ਲੈਣ 'ਤੇ ਆਜੂਗੀ। ਅਤੇ ਕੱਲ੍ਹ ਨੂੰ ਜਦੋਂ ਗੱਲ ਤਲਾਕ 'ਤੇ ਆ ਗਈ, ਉਦੋਂ ਕੌਣ ਮਾੜਾ? ਜਵਾਈ ਮਾੜਾ। ਪਾ ਦਿਓ ਦਾਜ ਦਾ ਪਰਚਾ, ਪਾ ਦਿਓ ਦਾਜ ਦਾ ਪਰਚਾ। ਆਹ ਮੋਬਾਈਲ 'ਚ ਤਾਂ ਲੋਕਾਂ ਦੇ ਘਰ ਜਮਾਂ ਹੀ ਖਤਮ ਕਰ ਦੂਗਾ ਬਾਈ, ਸਹੁਰਿਆਂ ਦੇ ਘਰ ਦੀ ਨਿੱਕੀ ਨਿੱਕੀ ਗੱਲ ਮੋਬਾਈਲ 'ਤੇ ਕੁੜੀਆਂ ਆਪਦੇ ਪੇਕਿਆਂ ਨੂੰ ਦੱਸੀ ਜਾਣਗੀ। ਠੀਕ ਆ, ਇਸ ਵੀਡੀਓ ਵਿੱਚ ਮੈਂ ਖਾਸ ਕਰਕੇ ਉਹਨਾਂ ਕੁੜੀਆਂ ਦੀ ਗੱਲ ਕਰੀ ਹੈ ਜਿਹੜੀ ਵਿਆਹ ਤੋਂ ਬਾਅਦ ਵੀ ਬਾਹਰ ਬਈ ਆਪਦੇ ਮੂੰਹ ਮਾਰਦੀਆਂ ਨੇ, ਖਾਸ ਕਰਕੇ ਇਹ ਵੀਡੀਓ ਉਹਨਾਂ ਉਹਨਾਂ ਵਾਸਤੇ ਹੀ ਆ। ਅਤੇ ਗਲਤ ਬਾਅਦ 'ਚ ਸਾਬਤ ਕੌਣ ਹੁੰਦਾ? ਵਿਚਾਰਾ ਮੁੰਡਾ।
ਨਾ ਮੁੰਡਾ ਮੁੜ ਕੇ ਦੱਸਣ ਜੋਗਾ ਵੀ ਮੇਰੇ ਘਰੇ ਚੱਲੀ ਗਈ ਜਾਂਦਾ, ਨਾ ਉਹ ਕਿਸੇ ਕੋਲ ਦੁੱਖ ਸੁੱਖ ਰੋਣ ਜੋਗਾ। ਵਾਲੇ ਮੁੰਡੇ ਤਾਂ ਡਿਪਰੈਸ਼ਨ ਦੇ ਵਿੱਚ ਆ ਕੇ ਤਾਂ ਹੀ ਨਸ਼ਾ ਪੱਤਾ ਕਰਨ ਲੱਗ ਗਏ ਜਦੋਂ ਘਰਵਾਲੀਆਂ ਕਰਤੂਤਾਂ ਕਰਦੀਆਂ ਨੇ, ਬਾਹਰ ਕਿਸੇ ਨਾਲ ਤੁਰੀਆਂ ਫਿਰਦੀਆਂ ਨੇ ਬਾਈ। ਬਹੁਤ ਬੰਦੇ ਇਸ ਚੱਕੀ ਦੇ ਵਿੱਚ ਪੀਸੇ ਗਏ ਆ, ਬਹੁਤ ਬੰਦਿਆਂ ਨੇ ਇਹ ਦਰਦ ਹੰਡਾਇਆ ਆਪਦੇ 'ਤੇ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਮੇਰੀ ਵੱਧ ਤੋਂ ਵੱਧ ਇਹੀ ਅਪੀਲ ਆ ਵੀ ਦੇਖੋ ਭੈਣੋ, ਜਦੋਂ ਤੁਹਾਡੇ ਵਿਆਹ ਹੋ ਜਾਂਦੇ ਆ ਉਸ ਤੋਂ ਬਾਅਦ ਤਾਂ ਇਹ ਕੰਮ ਨਾ ਕਰਿਆ ਕਰੋ। ਇਹ ਕੰਮ ਦੇ ਵਿੱਚ ਕੱਖ ਨਹੀਂ ਪਿਆ, ਸਿਰਫ ਬਦਨਾਮੀ ਆ, ਹੋਰ ਕੁਛ ਨਹੀਂ। ਤੁਹਾਡੇ ਮਾਂ ਪਿਓ ਦੀ ਬਦਨਾਮੀ ਆ, ਤੁਹਾਡੇ ਸੱਸ ਸਹੁਰੇ ਦੀ ਬਦਨਾਮੀ ਆ, ਤੁਹਾਡੇ ਘਰਵਾਲੀ ਦੀ ਬਦਨਾਮੀ ਆ। ਪਿੰਡ ਦੇ ਵਿੱਚ ਅਗਲੇ ਟਿੱਚਰਾਂ ਕਰਦੇ ਆ ਵੀ ਇਹਦੀ ਜਨਾਨੀ ਉਹਦੇ ਨਾਲ ਤੁਰੀ ਫਿਰਦੀ ਆ, ਉਹ ਇਹਦੀ ਜਨਾਨੀ ਫਲਾਣੇ ਨਾਲ ਸੈੱਟ ਆ, ਆਹ ਕੁਛ ਲੋਕ ਪਿੰਡ ਦੇ ਵਿੱਚ ਗੱਲਾਂ ਕਰਦੇ ਆ। ਅਤੇ ਜਦੋਂ ਗੱਲ ਤਲਾਕਾਂ 'ਤੇ ਆਵੇ ਉਦੋਂ ਕਸੂਰ ਇਕੱਲੇ ਮੁੰਡੇ ਦਾ। ਲੋਕ ਕਹਿੰਦੇ ਤਾੜੀ ਦੋ ਹੱਥਾਂ ਨਾਲ ਵੱਜਦੀ ਆ, ਮੈਂ ਕਹਿੰਦਾ ਤਾੜੀ ਅੱਜ ਦੇ ਟਾਈਮ ਦੇ ਵਿੱਚ ਮਿੱਤਰੋ ਇੱਕ ਹੱਥ ਨਾਲ ਵੱਜੀ ਜਾਂਦੀ ਹੈ। ਜਦੋਂ ਕੁੜੀ ਕੁਛ ਗਲਤ ਕਰੀ ਜਾਂਦੀ ਹੈ ਵਿੱਚ ਮੁੰਡੇ ਦਾ ਵਿਚਾਰਾ ਲੱਲਾ ਕੱਖਾ ਹੀ ਨਹੀਂ, ਪਰ ਅੱਖੀਂ ਵੇਖ ਕੇ ਜ਼ਹਿਰ ਕੌਣ ਖਾਂਦਾ? ਕੋਈ ਨਹੀਂ ਖਾਂਦਾ ਬਾਈ। ਜਦੋਂ ਆਪਦੀ ਘਰ ਨੂੰ ਬੰਦਾ ਕਿਸੇ ਹੋਰ ਬੰਦੇ ਨਾਲ ਵੇਖ ਲੈਂਦਾ ਫਿਰ ਕੌਣ ਰੱਖਦਾ? ਕੋਈ ਨਹੀਂ ਰੱਖਦਾ ਬਾਈ। ਅਤੇ ਅੱਜ ਕੱਲ੍ਹ ਇਹ ਕੰਮ ਬਹੁਤ ਵੱਡੇ ਪੱਧਰ 'ਤੇ ਚੱਲੀ ਜਾਂਦਾ ਮਿੱਤਰੋ, ਬਹੁਤ ਵੱਡੇ ਪੱਧਰ 'ਤੇ। 100 ਦੇ ਵਿੱਚੋਂ 20% ਤਲਾਕ ਇਹੋ ਜਿਹੇ ਹੋਣਗੇ ਜਿੱਥੇ ਮੰਨ ਲਓ ਮੁੰਡਾ ਗਲਤ ਹੋਊਗਾ, ਜਾਂ ਮੁੰਡਾ ਮੁੰਡੇ 'ਤੇ ਇੱਕੋ ਗਲਤੀ ਹੁੰਦੀ ਹੈ, ਜਾਂ ਤਾਂ ਮੁੰਡੇ ਨਸ਼ੇੜੀ ਹੁੰਦੇ ਆ, ਨਸ਼ੇ ਪੱਤੇ ਵਾਲੇ ਹੁੰਦੇ ਆ, ਇਸ ਤੋਂ ਵੱਧ ਕੇ ਮੈਨੂੰ ਉਮੀਦ ਨਹੀਂ ਕੋਈ ਮੁੰਡੇ ਦੀ ਕੋਈ ਹੋਰ ਗਲਤੀ ਹੁੰਦੀ ਹੋਊਗੀ। ਦਾਜ ਮੰਗਣ ਵਾਲਾ ਤਾਂ ਅੱਜ ਕੱਲ੍ਹ ਕੋਈ ਇੱਕ ਅੱਧਾ ਹੀ ਰਹਿ ਗਿਆ ਹੋਊਗਾ। 20% ਮੁੰਡਿਆਂ ਦੇ ਤਲਾਕ ਤਾਂ ਹੁੰਦੇ ਕਿ ਇਹ ਨਸ਼ੇੜੀ ਆ, ਦਾਜ ਦੂਜ ਵਾਲੀ ਗਲਤ ਅੱਜ ਕੱਲ੍ਹ ਕੋਈ ਰਹੀ ਨਹੀਂ ਬਾਈ। ਪਰ 80% ਕੁੜੀਆਂ ਦੇ ਤਲਾਕ ਇਸ ਕਰਕੇ ਹੋਈ ਜਾਂਦੇ ਕਿਉਂਕਿ ਕੁੜੀਆਂ ਵਿਆਹ ਤੋਂ ਬਾਅਦ ਵੀ ਬਾਹਰ ਕਿਸੇ ਨਾਲ ਰਿਲੇਸ਼ਨ ਦੇ ਵਿੱਚ ਨੇ ਬਾਈ। ਦੱਸੋ ਫਿਰ, ਦੱਸੋ ਫਿਰ ਮੁੰਡਾ ਕੀ ਕਰੂਗਾ ਬਈ? ਤਲਾਕ ਹੀ ਦੇਊਗਾ, ਕੀ ਕਰੂ ਵਿਚਾਰਾ? ਦੱਸੋ ਯਾਰ, ਨਾਲੇ ਤਾਂ ਮੁੰਡੇ ਦੀ ਪਿੰਡ ਦੇ ਵਿੱਚ ਥੂਥ ਹੋ ਜਾਂਦੀ ਹੈ, ਨਾਲੇ ਮੁੰਡੇ ਦੀ ਰਿਸ਼ਤੇਦਾਰਾਂ ਦੇ ਵਿੱਚ ਥੂਥ ਹੋ ਜਾਂਦੀ ਹੈ, ਨਾਲੇ ਮੁੰਡਾ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਹਿੰਦਾ, ਅਤੇ ਆਖਰ ਨੂੰ 20-25 ਲੱਖ ਰੁਪਇਆ ਫਿਰ ਘਰੋਂ ਭਰ ਕੇ ਤਲਾਕ ਲੈਂਦਾ ਵਿਚਾਰਾ। ਕੁੜੀ ਵਾਲੇ ਫਿਰ ਚੰਗੇ ਦੇ ਚੰਗੇ, ਕੁੜੀਆਂ ਨੂੰ ਵੀ ਮਾੜਾ ਮੋਟਾ ਸੋਚਣਾ ਚਾਹੀਦਾ ਵੀ ਠੀਕ ਆ, ਵਿਆਹ ਤੋਂ ਪਹਿਲਾਂ ਜੋ ਹੋ ਗਿਆ ਹੋ ਗਿਆ, ਜੋ ਨਜ਼ਾਰੇ ਲੈ ਲਏ ਲੈ ਲਏ, ਪਰ ਵਿਆਹ ਤੋਂ ਬਾਅਦ ਇਹ ਚੀਜ਼ਾਂ ਘਰ ਉਜਾੜ ਦਿੰਦੀਆਂ ਨੇ, ਪੀੜ੍ਹੀਆਂ ਦੀਆਂ ਪੀੜ੍ਹੀਆਂ ਨੂੰ ਕਲੰਕ ਲੱਗ ਜਾਂਦੇ ਆ। ਜੇ ਮੇਰੀ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ ਜ਼ਰੂਰ ਬਈ ਆ ਤੂੰ ਗੱਲ ਗਲਤ ਕੀਤੀ ਹੈ, ਪਰ ਦੁਨੀਆਦਾਰੀ ਦੇ ਵਿੱਚ ਝਾਕ ਕੇ ਜ਼ਰੂਰ ਦੇਖਿਓ, ਆਪਦੇ ਪਿੰਡ ਦੇ ਵਿੱਚ ਨਿਗਾਹ ਮਾਰ ਕੇ ਜ਼ਰੂਰ ਦੇਖਿਓ। ਵਾਲੀਆਂ ਕੁੜੀਆਂ ਕੀ ਕਰਨਗੀਆਂ? ਵਿਆਹ ਤੋਂ ਬਾਅਦ ਆਉਂਦਿਆਂ ਕਹਿਣਗੀਆਂ ਸਾਡੇ ਘਰ 'ਚ ਮੇਰੇ ਹੱਥ 'ਤੇ ਸਾਰੇ ਘਰ ਦੀ ਮੁਖਤਿਆਰੀ ਹੋਣੀ ਚਾਹੀਦੀ ਹੈ। ਅਤੇ ਵਾਲੀਆਂ ਕੁੜੀਆਂ ਨੇ ਵਿਆਹ ਤੋਂ 6 ਮਹੀਨੇ ਬਾਅਦ ਹੀ ਸਹੁਰੇ ਘਰ ਦੀ ਸਾਰੀ ਮੁਖਤਿਆਰੀ ਆਪਦੇ ਹੱਥ 'ਚ ਲਈ ਵੀ ਆ, ਸੱਸ ਸਹੁਰੇ ਨੂੰ ਟਿੱਚ ਜਾਣਦੀਆਂ ਵੀ, ਜਮ੍ਹਾਂ ਟਿੱਚ ਜਾਣਦੀਆਂ, ਕਿਉਂਕਿ ਜਿਹੜੀਆਂ ਸੱਸਾਂ ਆਪਦੀ ਮਾਂ ਆਪਦੀ ਧੀ ਨੂੰ ਪੁੱਠੀਆਂ ਮੱਤਾਂ ਦਿੰਦੀਆਂ ਨੇ, ਉਹ ਸੱਸਾਂ ਨੇ ਆਪਦਾ ਸੱਸ ਸਹੁਰਾ ਨਹੀਂ ਸਾਂਭਿਆ ਪਾਲਿਆ ਹੁੰਦਾ, ਆਪਦੇ ਸੱਸ ਸਹੁਰੇ ਨੂੰ ਜਲੀਲ ਕੀਤਾ ਹੁੰਦਾ ਰੱਜ ਰੱਜ ਕੇ ਉਹਨਾਂ ਨੇ, ਅਤੇ ਗਾਂ ਉਹੀ ਕੰਮ ਧੀ ਕਰਦੀ ਹੈ ਜਾ ਕੇ ਸਹੁਰੇ ਘਰ ਦੇ ਵਿੱਚ। ਜਿਹੜੀ ਧੀ ਨੇ ਆਪਦੇ ਮਾਂ ਪਿਓ ਨੂੰ ਦੇਖਿਆ ਹੁੰਦਾ ਵੀ ਇਹਨੇ ਆ ਵੀ ਮੇਰੇ ਦਾਦੇ ਦਾਦੀ ਨੂੰ ਨਹੀਂ ਸਾਂਭਿਆ, ਵੀ ਮੇਰੀ ਮਾਂ ਮੇਰੀ ਦਾਦੀ ਨੂੰ ਇੱਕ ਦੀਆਂ 4 ਸੁਣਾਉਂਦੀ ਸੀਗੀ, ਉਹੀ ਕੰਮ ਗਾਂਹ ਜਾ ਕੇ ਧੀ ਕਰਦੀ ਹੈ, ਜਿਹੋ ਜਿਹੀ ਕੋਕੋ ਹੋ ਜਾਏ ਬੱਚੇ ਬਾਈ। ਇਸ ਕਰਕੇ ਮੈਂ ਇੱਕੋ ਗੱਲ ਹੀ ਕਹਿੰਦਾ ਵੀ ਜਿਹੜੀਆਂ ਬੀਬੀਆਂ ਆਪਦੀਆਂ ਧੀਆਂ ਨੂੰ ਪੁੱਠੀਆਂ ਮੱਤਾਂ ਦਿੰਦੀਆਂ ਨੇ, ਮੈਂ ਉਹਨਾਂ ਦੇ ਹੱਥ ਜੋੜਦਾ ਵੀ ਨਾ ਲੋਕਾਂ ਦੇ ਘਰ ਜਾੜੋ, ਨਾ ਬਗਾਨੇ ਪੁੱਤ ਦਾ ਘਰ ਜਾੜੋ, ਠੀਕ ਆ, ਆਪਦੀ ਧੀ ਨੂੰ ਸਿੱਧੀ ਮੱਤ ਦਿਆ ਕਰੋ ਵੀ ਠੀਕ ਆ ਧੀ, ਇਹ ਹੁਣ ਤੁਸੀਂ ਵਿਆਹੀ ਗਈ ਆ, ਸਹੁਰਾ ਘਰ ਤੇਰਾ ਸਭ ਕੁਛ ਆ, ਜੇ ਤੇਰੀ ਸੱਸ ਮਾੜਾ ਮੋਟਾ ਉੱਚਾ ਨੀਵਾਂ ਬੋਲਦੀ ਆ ਕੋਈ ਤੇਰੀ ਮਾਂ ਵਰਗੀ ਆ, ਤੂੰ ਉਹ ਗੱਲ ਨੂੰ ਜਰ ਲਿਆ ਕਰ। ਮੈਂ ਵੀ ਗੱਲ ਕਹਿੰਦਾ ਹਾਂ, ਜੇ ਮੁੰਡੇ ਦੀ ਮਾਂ ਗਲਤ ਆ, ਮੁੰਡੇ ਦੀ ਮਾਂ ਬਹੁਤ ਜ਼ਿਆਦਾ ਟੋਰਚਰ ਕਰਦੀ ਆ, ਤਾਂ ਕੁੜੀ ਦਾ ਹੱਕ ਬਣਦਾ ਆਪਦੇ ਸਾਰਾ ਕੁਛ ਪੇਕੇ ਘਰ ਦੱਸਣ ਦਾ। ਪਰ ਕਈ ਵਾਰੀ ਸੱਸ ਕੋਈ ਨਿੱਕੀ ਮੋਟੀ ਗੱਲ ਤੋਂ ਟੋਕ ਟੁਕਾਈ ਕਰਦੀ ਆ, ਜਿਵੇਂ ਕਹਿਤਾ ਵੀ ਹਾਂ ਕੁੜੀਏ ਤੂੰ ਸਰਫ ਘੱਟ ਕੱਪੜਿਆਂ 'ਚ ਪਾਇਆ ਕਰ, ਜਾਂ ਮੰਨ ਲਓ ਖਰਚਾ ਘੱਟ ਕਰਿਆ ਕਰ, ਜਾਂ ਮੰਨ ਲਓ ਚੁੱਲ੍ਹੇ 'ਤੇ ਸਬਜ਼ੀ ਬਣਾ ਲਿਆ ਕਰ, ਇਹੋ ਜਿਹੀਆਂ ਗੱਲਾਂ ਘਰਾਂ 'ਚ ਲਗਭਗ ਇਹੋ ਜਿਹੀਆਂ ਗੱਲਾਂ ਨਿੱਕੀਆਂ ਮੋਟੀਆਂ ਹੁੰਦੀਆਂ ਨੇ, ਅਤੇ ਕੁੜੀਆਂ ਕਈ ਇਹ ਨਿੱਕੀਆਂ ਮੋਟੀਆਂ ਗੱਲਾਂ ਵੀ ਨਹੀਂ ਜਰਦੀਆਂ ਵੀ ਚੱਕ ਇਹਦੀ ਮਾਂ ਨੂੰ ਦੱਸਣਗੀਆਂ। ਜੇ ਮਾਂ ਸਿਆਣੀ ਹੋਵੇ ਅੱਗੋਂ ਆਪ ਧੀ ਨੂੰ ਕਵੇ ਕੋਈ ਗੱਲ ਨਹੀਂ, ਉਹ ਵੀ ਤੇਰੀ ਮਾਂ ਵਰਗੀ ਆ, ਵੀ ਤੇਰੇ ਚੰਗੇ ਲਈ ਵੀ ਕਹਿੰਦੀ ਆ ਵੀ ਤੂੰ ਉਸ ਗੱਲ ਨੂੰ ਜ਼ਿਆਦਾ ਸੀਰੀਅਸ ਨਾ ਲਿਆ ਕਰ, ਵੀ ਉਹਦੀ ਆਪਦੀ ਸੱਸ ਦੀ ਗੱਲ ਮੰਨਿਆ ਕਰ, ਵੀ ਉਹ ਵੀ ਮੇਰੇ ਵਰਗੀ ਤੇਰੀ ਮਾਂ ਆ, ਆਪੇ ਗੱਲ ਠੰਡੀ ਪੈ ਜੇ। ਜਦੋਂ ਅੱਗੋਂ ਮਾਂ ਕਹਿ ਦੂਗੀ ਵੀ ਤੂੰ ਆਪਦੀ ਸੱਸ ਨੂੰ ਉੱਡ ਕੇ ਪੈ ਜਾ ਕਰ, ਤੂੰ ਉਹਨੂੰ ਕਿਹਾ ਕਰ ਵੀ ਤੂੰ ਤੂੰ ਆਪੇ ਕੱਪੜੇ ਧੋ ਲਿਆ ਕਰ, ਤੂੰ ਆਪ ਦਾਲ ਬਣਾ ਲਿਆ ਕਰ, ਜੇ ਬਾਹਲਾ ਤੂੰ ਖਰਚੇ ਦਾ ਜੇ ਆ ਬੋ ਆ, ਫਿਰ ਉਹੀ ਕੁੜੀ ਜਵਾਨ ਸਹੁਰੇ ਘਰ ਚਲਾਉਂਦੀ ਹੈ, ਫਿਰ ਘਰ ਉਜੜਦਾ ਬਈ।
ਜਿਹੜੇ ਭਰਾ ਤੁਸੀਂ ਵੀਡੀਓ ਦੇਖ ਰਹੇ ਹੋ, ਵੀਡੀਓ ਦੇ ਵਿੱਚ ਬਈ ਤੁਸੀਂ ਇਹ ਵੀਡੀਓ ਦੇਖਣ ਤੋਂ ਬਾਅਦ ਇਸ ਗੱਲ 'ਤੇ ਜ਼ਰੂਰ ਸਰਚ ਕਰਿਓ, ਪਿੰਡ ਦੇ ਵਿੱਚ ਕਰਿਓ, ਰਿਸ਼ਤੇਦਾਰੀ ਦੇ ਵਿੱਚ ਕਰਿਓ, ਹੋਰ ਆਂਢ ਗੁਆਂਢ ਦੇ ਵਿੱਚ ਕਰਿਓ, ਵੀ ਜਿਹੜੇ ਵਾਲੇ ਤਲਾਕ ਹੁੰਦੇ ਆ ਉਹਦੇ ਵਿੱਚ ਗਲਤੀ ਕਿਹਦੀ ਹੁੰਦੀ ਆ। 100 ਤਲਾਕ ਦੇ ਵਿੱਚੋਂ 20 ਮੰਨ ਲਓ ਤਲਾਕ ਇਹੋ ਜਿਹੇ ਹੋਣਗੇ ਜਿਹੜੇ ਮੁੰਡੇ ਦੇ ਨਸ਼ੇ ਪੱਤੇ ਕਰਕੇ ਹੋਣਗੇ, ਜਾਂ ਮੁੰਡਾ ਨਸ਼ਾ ਪੱਤਾ ਕਰਕੇ ਕੁੱਟਮਾਰ ਕਰਦਾ, ਇਹੋ ਜਿਹੇ ਤਲਾਕ ਤੁਹਾਨੂੰ 100 ਦੇ ਵਿੱਚੋਂ 20% ਹੀ ਮਿਲਣਗੇ। 80% ਤੁਹਾਨੂੰ ਇਹੋ ਜਿਹੇ ਤਲਾਕ ਮਿਲਣਗੇ ਜਿਹਦੇ ਵਿੱਚ ਸੱਸ ਦਾ ਰੋਲ ਹੁੰਦਾ, ਮੁੰਡੇ ਦੀ ਸੱਸ ਦਾ, ਜਵਾਈ ਦਾ ਘਰ ਪੱਟਣ ਦੇ ਵਿੱਚ। ਜਿਹੜੀਆਂ ਸੱਸਾਂ ਪੁੱਠੀਆਂ ਮੱਤਾਂ ਦਿੰਦੀਆਂ ਨੇ ਆਪਣੀ ਧੀਆਂ ਨੂੰ, ਉਹ ਧੀ ਸਹੁਰੇ ਘਰ ਨਾ ਅੱਜ ਵਸੇ ਨਾ ਕੱਲ੍ਹ ਵਸੇ, ਮੈਂ ਲਿਖ ਕੇ ਦੂੰਗਾ, ਉਹ ਕਦੇ ਨਹੀਂ ਵੱਸਦੀ, ਕਦੇ ਨਹੀਂ ਵੱਸਦੀ। ਮੰਨ ਲਓ ਜਿਹੜੀ ਮਾਂ ਆਪਦੀ ਧੀ ਨੂੰ ਸਿੱਧੀ ਮੱਤ ਦਿੰਦੀ ਆ, ਉਹ ਧੀ ਭਾਵੇਂ ਜਿੱਡੀ ਮਰਜ਼ੀ ਸਹੁਰੇ ਘਰ ਦੇ ਔਖੀ ਹੋ ਜਾਵੇ, ਉਹ ਧੀ ਵੱਸ ਜਾਂਦੀ ਆ ਬਈ, ਉਹ ਧੀਆਂ ਵੱਸ ਜਾਂਦੀਆਂ ਨੇ। ਇਸ ਕਰਕੇ ਮੈਂ ਇਹੀ ਬੇਨਤੀ ਕਰਦਾ ਵੀ ਦੇਖੋ, ਕੁੜੀਆਂ ਦੀ ਮਾਵਾਂ ਨੂੰ ਵੀ ਕਰਦਾ ਅਤੇ ਮੁੰਡੇ ਦੀ ਮਾਵਾਂ ਨੂੰ ਵੀ ਕਰਦਾ, ਵੀ ਦੇਖੋ ਹੱਥ ਜੋੜ ਕੇ ਬੇਨਤੀ ਆ, ਨਾ ਤਾਂ ਕੋਈ ਮਾਂ ਆਪਦੇ ਪੁੱਤ ਨੂੰ ਪੁੱਠੀ ਮੱਤ ਦਿਆ ਕਰੋ, ਅਤੇ ਨਾ ਹੀ ਕੋਈ ਮਾਂ ਆਪਦੀ ਧੀ ਨੂੰ ਪੁੱਠੀ ਮੱਤ ਦਿਆ ਕਰੋ। ਘਰ ਉੱਜੜ ਜਾਂਦਾ ਮੁੰਡੇ ਦਾ, ਨਾਲੇ ਮੁੜ ਕੇ ਮੁੰਡੇ ਵਾਲਿਆਂ ਦੇ ਪੈਸੇ ਲੱਗਦੇ ਆ, ਨਾਲੇ ਪਿੰਡ 'ਚ ਜਲੀਲ ਹੁੰਦੇ ਆ। ਇਸ ਕਰਕੇ ਦੋਵਾਂ ਧਿਰਾਂ ਨੂੰ ਮੇਰੀ ਤਾਂ ਬੇਨਤੀ ਹੈ ਵੀ ਦੇਖੋ, ਜੇ ਘਰ ਵਸਾਉਣੇ ਆ ਤਾਂ ਦੋਵਾਂ ਧਿਰਾਂ ਮਾੜੀਆਂ ਸੋਚ ਸਮਝ ਕੇ ਚੱਲਿਆ ਕਰੋ ਬਾਈ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।